दिल्ली सिख गुरुद्वारा प्रबंधक कमेटी के प्रधान मनजीत सिंह जी के पार्टी अते कमेटी के आगुओं ने जन्मदिन की वधाई दी। गुरुद्वारा बंगला साहब विखे श्री अखंड पाठ साहब के भोग पाए गए। इस दे नाल ही कमेटी स्टाफ, इस्त्री अकाली दल, यूथ विंग अते पार्टी की विद्यार्थी इकाई SOI के आगुओं ने भी पार्टी दफ्तर में जीके फुलों के गुलदस्ते भेट करके उन्होंने लंबी उम्र की कामना की। इस मौके पर श्रोमणी अकाली दल के कई आगू मौजूद रहे। जीके ने स्टाफ को संबोधित करते हुए संगत के नाल स्टाफ को निम्रता के नाल पेश आने की हिदायत भी की। काबिले गौर है कि 18 जुलाई 1958 को जथेदार संतोख सिंह के घर जन्मे जीके 60 वर्या के हो गए ने। ਬਣਨਾ ਚਾਹੁੰਦੇ ਹੋ ਉਸਨੂੰ ਠੀਕ ਰਸਤੇ ਤੋਂ ਅਪਣਾਉਣ ਦੀ ਕੋਸ਼ਿਸ਼ ਕਰਨਾ, ਸ਼ਾਰਟਕੱਟ ਤੋਂ ਨਾ ਅਪਣਾਉਣਾ। ਰੱਬ ਤੁਹਾਡੇ ਨਾਲ ਹੋਏਗਾ, ਤੁਸੀਂ ਬਹੁਤ ਕਾਮਯਾਬ ਹੋਗੇ। ਮੈਂ ਧੰਨਵਾਦ ਦਿਆਂਗਾ ਤੁਹਾਡਾ ਕਿ ਤੁਸੀਂ ਅੱਜ ਮੇਰਾ ਹੌਸਲਾ ਵਧਾਉਣ ਲਈ ਆਏ ਹੋ। ਅੱਜ ਤੁਹਾਨੂੰ ਨਹੀਂ ਪਤਾ ਤੁਸੀਂ ਮੈਨੂੰ ਕਿੰਨੀ ਤਾਕਤ ਦਿੱਤੀ ਹੋਏਗੀ ਕਿ ਮੈਂ ਅਗਲੇ ਗੋਲ ਆਪਣੇ ਹੋਰ ਔਖੇ ਸੈੱਟ ਕਰਾਂਗਾ ਤਾਂ ਕਿ ਗੁਰੂ ਮੈਨੂੰ ਸ਼ਕਤੀ ਦੇਵੇ, ਮੈਂ ਕੰਮ ਕਰ ਸਕਾਂ। ਖੁਸ਼ੀ ਦਾ ਮੌਕਾ ਹੈ ਅੱਜ ਜਥੇਦਾਰ ਮਨਜੀਤ ਸਿੰਘ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ 60ਵਾਂ ਜਨਮ ਦਿਹਾੜਾ ਹੈ, ਅਸੀਂ ਮਨਾਇਆ ਇੱਥੇ। ਔਰ ਅੱਜ ਵੱਡੀ ਗਿਣਤੀ ਵਿੱਚ ਇਸਤਰੀ ਅਕਾਲੀ ਦਲ ਯੂਥ ਦੇ ਨੌਜਵਾਨ ਔਰ SOI ਟੀਮ ਨੇ ਇੱਥੇ ਪਹੁੰਚ ਕੇ ਪ੍ਰਧਾਨ ਜੀ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਹੈ। ਸਾਡੇ ਵਾਸਤੇ ਬੜਾ ਮਾਣ ਦਾ ਵਿਸ਼ਾ ਹੈ ਕਿ ਸਰਦਾਰ ਮਨਜੀਤ ਸਿੰਘ ਜੀ ਕੇ ਦੀ ਟੀਮ ਦਾ ਅਸੀਂ ਸਾਰੇ ਹਿੱਸਾ ਹਾਂ। ਔਰ ਪੰਥ ਦੇ ਵਿੱਚ ਜਿੱਥੇ ਵੀ ਪੂਰੇ ਸੰਸਾਰ ਦੇ ਵਿੱਚ ਕਿੱਥੇ ਕੋਈ ਪੀੜਾ ਪੈਂਦੀ ਹੈ, ਹਮੇਸ਼ਾ ਦਿੱਲੀ ਕਮੇਟੀ ਨੇ ਅੱਗੇ ਹੋ ਕੇ ਆਪਣੀ ਭੂਮਿਕਾ ਨਿਭਾਈ ਹੈ। ਉਸ ਦੇ ਵਿੱਚ ਬਹੁਤ ਵੱਡਾ ਜਿਹੜੀ ਜ਼ਿੰਮੇਵਾਰੀ ਹੈ ਸਰਦਾਰ ਮਨਜੀਤ ਸਿੰਘ ਜੀ ਕੇ ਦੀ ਬਣਦੀ ਹੈ, ਜਿਹਨਾਂ ਯੋਗ ਅਗਵਾਈ 'ਚ ਅਸੀਂ ਹੈ ਪੰਥ ਦੀ ਲੜਾਈ ਜਿਹੜੀ ਹੈ ਹਰ ਜਗ੍ਹਾ ਮੋਰਚੇ ਲੜ ਰਹੇ ਹਾਂ। ਮੈਨੂੰ ਲੱਗਦਾ ਕਿ ਅੱਜ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰ ਰਿਹਾ ਔਰ ਯੂਥ ਦਾ ਔਰ ਸ਼੍ਰੋਮਣੀ ਅਕਾਲੀ ਦਲ ਵਰਕਰ ਸਾਹਿਬਾਨ ਔਰ ਬੀਬੀ ਇਸਤਰੀ ਸਿੰਘ ਦੀਆਂ ਜਿਹੜੀਆਂ ਅੱਜ ਆਈਆਂ ਨੇ, ਮੈਨੂੰ ਲੱਗਦਾ ਕਿ ਹਰ ਵਰਗ ਦੇ ਵਿੱਚ ਹਰ ਯੂਥ ਦੇ ਉਸ ਮੈਸੇਜ ਗਿਆ ਯੂਥ ਵਿੱਚ ਖਾਸ ਕਰਕੇ ਕਿ ਅੱਜ ਜੇ ਕੋਈ ਦਿੱਲੀ ਦੇ ਵਿੱਚ ਔਰ ਦਿੱਲੀ ਤੋਂ ਬਾਹਰ ਦੇ ਸਿੱਖਾਂ ਦੀ ਗੱਲ ਕੋਈ ਸੁਣਦਾ, ਜੇ ਕੋਈ ਦੇਸ਼ਾਂ ਵਿਦੇਸ਼ਾਂ ਦੇ ਕਿੱਥੇ ਵੀ ਸਿੱਖਾਂ ਦਾ ਧੱਕਾ, ਨੌਜਵਾਨ ਧੱਕਾ ਹੁੰਦਾ, ਸਭ ਤੋਂ ਪਹਿਲੇ ਆਵਾਜ਼ ਸਰਦਾਰ ਮਨਜੀਤ ਸਿੰਘ ਜੀ ਕੇ ਚੁੱਕਦੇ ਆ। ਮੈਂ ਸਤਿਗੁਰੂ ਸੱਚੇ ਪਾਤਸ਼ਾਹ ਚਰਨਾਂ 'ਚ ਅਰਦਾਸ ਕਰਦਾ ਕਿ ਮਹਾਰਾਜ ਨੇ ਹੁਣ ਤੱਕ ਉਹਨਾਂ ਕੋਲੋਂ ਬਹੁਤ ਸੇਵਾਵਾਂ ਲਈਆਂ, ਅੱਗੇ ਵੀ ਮਹਾਰਾਜ ਉਹਨਾਂ ਨੂੰ ਬਲ ਬਖਸ਼ੇ, ਉਹ ਇਸੇ ਤਰ੍ਹਾਂ ਕੌਮ ਦੀ ਔਰ ਦੇਸ਼ ਦੀ ਸੇਵਾ ਕਰਦੇ। ਅੱਜ ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਦੇ 60ਵੇਂ ਜਨਮਦਿਨ ਦੇ ਉੱਤੇ ਮੈਂ ਸਮੁੱਚੇ ਸਿੱਖ ਪੰਥ ਨੂੰ ਵਧਾਈ ਦਿੰਦਾ ਕਿ ਅੱਜ ਦਿੱਲੀ ਦੇ ਉਸ ਜਰਨੈਲ ਦੇ ਜਿੰਨੇ ਹਰ ਜਗ੍ਹਾ ਕੌਮ ਦੇ ਉੱਤੇ ਆਉਣ ਵਾਲੇ ਕਿਸੇ ਮਸਲੇ ਦੀ ਹਮੇਸ਼ਾ ਆਵਾਜ਼ ਚੁੱਕੀ ਹੈ, ਹਮੇਸ਼ਾ ਪੰਥ ਪ੍ਰਸਤ ਬਣ ਕੇ ਜਿਨ੍ਹਾਂ ਦੇ ਪੂਰੇ ਪਰਿਵਾਰ ਨੇ ਆਪਣਾ ਇਹ ਪੂਰਾ ਆਪਣਾ ਜੀਵਨ ਲਾ ਦਿੱਤਾ, ਮੈਂ ਸਮਝਦਾ ਜਾਂ ਉਸ ਪਰਿਵਾਰ ਨੂੰ ਜਿੱਥੇ ਆਪਾਂ ਵਡਿਆਈ ਦਿੰਦੇ ਹਾਂ ਉਸ ਪਰਿਵਾਰ ਨੂੰ ਵਧਾਈ ਦਿੰਦੇ ਹਾਂ। ਇਸ ਤਰ੍ਹਾਂ ਹੀ ਸਮੁੱਚੀ ਮੈਂ ਦਿੱਲੀ ਦੀਆਂ ਸੰਗਤਾਂ ਨੂੰ ਵਧਾਈ ਦਿੰਦਾ ਕਿ ਹਮੇਸ਼ਾ ਉਹਨਾਂ ਦਾ ਆਸ਼ੀਰਵਾਦ ਇਸ ਤਰ੍ਹਾਂ ਬਣਿਆ ਰਹੇ। ਹਲਕਾ ਰਾਜਾ ਸੰਸੀ ਦੇ ਪਿੰਡ ਕੱਕੜ ਵਿੱਚ ਇੱਕ 11 ਕੀ ਹੋ ਗਿਆ ਸੀ ਦੇਖਿਓ ਮੇਰੇ